ਦੋਸਤੋ ਸਮਾਜ ਵਿੱਚ ਲੁਧਿਆਣਾ ਦੇ ਗੀਤਾਂਜਲੀ ਲੇਡੀਜ਼ ਕਲੱਬ ਦੇ ਵਿੱਚ 550 ਸੈਲੀਬ੍ਰੇਸ਼ਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਕੀਤੀ ਗਈ। ਆਓ ਵੇਖਦੇ ਹਾਂ ਰਿਪੋਰਟ। आंगन मंदिर अति सुंदर सुहाए नंद गुण निधान गुरु ਵੇਲਾ ਚੱਲਿਆ ਪ੍ਰੋਗਰਾਮ ਅੱਗੇ ਵਧਾਉਣ ਦਾ। ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਕਲੱਬ ਦੇ ਮੈਂਬਰਸ ਨਾਲ। ਵੇਖਦੇ ਇਹਨਾਂ ਦਾ 550 ਸੈਲੀਬ੍ਰੇਸ਼ਨ ਬਾਰੇ ਕੀ ਕਹਿਣਾ। ਪਾਜੀ ਮੈਮ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਹੋ ਗਿਆ ਅੱਜ ਗੀਤਾਂਜਲੀ ਕਲੱਬ, ਗੁਰੂ ਨਾਨਕ ਨੇ ਆਪ ਦਰਸ਼ਨ ਦੇ ਦਿਏ ਯਹਾਂ ਚੱਲ ਕੇ ਆ ਕੇ। ਹਮਾਰੇ ਸਾਥ ਯਹਾਂ ਹੈ ਬਹਿਨੀ ਸਾਹਿਬ ਸੇ ਰਾਗੀ, ਜਿਨ੍ਹੋਂਨੇ ਅਭੀ ਰਾਸ਼ਟਰ ਭਵਨ ਮੇ ਵੀ ਸਨਮਾਨਿਤ ਹੋ ਕੇ ਆਏ ਹੈ, ਰਾਸ਼ਟਰ ਭਵਨ ਮੇ ਕੀਰਤਨ ਕਰਕੇ ਆਏ ਹੈ। ਬਹਿਨੀ ਸਾਹਿਬ ਸੇ ਉਨਕੋ ਬੁਲਾਇਆ ਗਿਆ ਹੈ, ਬ੍ਰਹਮ ਕੁਮਾਰੀ ਜਾਈ ਆਪਣੀ ਹੋਲੀ ਫੀਲਿੰਗਸ ਸ਼ੇਅਰ ਕਰਨੇ ਕੇ ਲੀਏ ਯਹਾਂ ਪੇ। ਇਸ ਮੌਕੇ ਪੇ ਹਮਨੇ ਪਲਾਂਟਸ ਡਿਸਟ੍ਰੀਬਿਊਸ਼ਨ ਕੀਆ ਔਰ ਸੜਕ ਕੀ ਸਫਾਈ ਕੀ। ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ, ਜੋ ਗੁਰੂ ਨਾਨਕ ਦੇਵ ਜੀ ਕਹਿ ਗਏ ਥੇ, ਹਮਨੇ ਵੋ ਤੁਕ ਕੋ ਪ੍ਰੂਫ ਕਰਨੇ ਕੀ ਕੋਸ਼ਿਸ਼ ਕੀ ਹੈ। ਹਮਾਰਾ ਛੋਟਾ ਸਾ ਐਫਰਟ ਥਾ, ਦੇਨਾ ਕੌਣ ਦਹੂਗਾ ਤੇਰਾ ਨਾਨਕ, ਹਮ ਦੇ ਨਹੀਂ ਸਕਤੇ, ਛੋਟਾ ਸਾ ਐਫਰਟ ਹੈ, ਗੁਰੂ ਨਾਨਕ ਕੋ ਸ਼ਰਧਾਂਜਲੀ। ਸੋ ਦੋਸਤੋ ਦੇਖਿਆ ਕਿੰਨੇ ਵਧੀਆ ਤਰੀਕੇ ਨਾਲ 550 ਸੈਲੀਬ੍ਰੇਸ਼ਨ ਕੀਤੇ ਗਏ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆਨੂੰ ਦੇਵ ਇਜਾਜ਼ਤ, ਧੰਨਵਾਦ।